ਸਾਰੇ ਮੁਹੱਲੇ ਚ ਰੌਲਾ ਪਿਆ ਕਿ ਤੁਸੀਂ ਮਸ਼ੀਨ ਨਵੀਂ ਲਈ ਜਿਹੜੀ ਬੋਲਦੀ ਹੈ ਬੋਲਦੀ ਹੈ ਤੇ ਖੜ ਹੁਣੇ ਬੋਲ ਕੇ ਤੇ ਖਾਂਦੀ ਹੈ ਕੱਲੀ ਕੱਲੀ ਚੜੋ ਦੋ ਜਾਣੇ ਨਾ ਚੜੋ ਉਹ ਮੋਟਾਪੇ ਕਰਕੇ ਮੈਂ ਤੇ ਸੱਚੀ ਤੰਗ ਆ ਗਿਆ ਮੇਰਾ ਬੀਪੀ ਵਧਣਾ ਸ਼ੁਰੂ ਹੋ ਗਿਆ ਸ਼ੂਗਰ ਵਧਣੀ ਸ਼ੁਰੂ ਹੋ ਗਈ ਹੈ ਸੱਚੀ ਸਟਾਰ ਹਸਪੀਟਲ ਜਾ ਉਹ ਮੋਟਾਪੇ ਦਾ ਇਲਾਜ ਕਰਦੇ ਨੇ ਉਹ ਸ਼ੂਗਰ ਤੇ ਬਲੱਡ ਪ੍ਰੈਸ਼ਰ ਦੀ ਨਾਮਰਦ ਬਿਮਾਰੀ ਤੋਂ ਬਚਾਉਂਦੇ ਮੈਨੂੰ ਤੇ ਬ੍ਰੈਟਿਕ ਸਰਜਰੀ ਤੋਂ ਡਰ ਲੱਗਦਾ ਮੈਂ ਨਹੀਂ ਜਾਣਾ ਉਹ ਭਰਾਵਾ ਬਲੂਨ ਨਾਲ ਵੀ ਇਲਾਜ ਕਰਦੇ ਨੇ ਦਵਾਈਆਂ ਨਾਲ ਵੀ ਇਲਾਜ ਕਰਦੇ ਨੇ ਤੇ ਡਾਇਟ ਕੰਟਰੋਲ ਕਰਕੇ ਵੀ ਇਲਾਜ ਕਰਦੇ ਨੇ ਪਰ ਜੇ ਬ੍ਰੈਟਿਕ ਸਰਜਰੀ ਕਰਨੀ ਪਈ ਫਿਰ ਕੀ ਬਣੇਗਾ ਉੱਥੇ ਡਾਕਟਰ ਜਸਮੀਤ ਆਲੂਵਾਲੀਆਂ ਨੇ ਉਹ ਬ੍ਰੈਟਿਕ ਸਰਜਰੀ ਦੇ ਸੁਪਰ ਸਪੈਸ਼ਲਿਸਟ ਨੇ ਨਾਲੇ ਉਹਨਾਂ ਨੂੰ ਮੈਡੀਕਲ ਲਾਈਨ ਦੇ ਮਾਸਟਰ ਸਰਜਨ ਕਿਹਾ ਜਾਂਦਾ ਘਬਰਾਉਣ ਵਾਲੀ ਗੱਲ ਕੋਈ ਚੰਗਾ ਫਿਰ ਮੈਂ ਚੱਲਦਾ ਯਾਰ ਭਰਾਵਾ ਚਾਹ ਚੂ ਬਿਨੇ ਨਾਲੇ ਕਿੱਥੇ ਲੈ ਚੱਲਾਂ ਜਿੱਦਾਂ ਤੂੰ ਮੈਨੂੰ ਸ਼ਰਮਿੰਦਾ ਕੀਤਾ ਨਾ ਤੇ ਮੈਂ ਸਟਾਰ ਹਸਪੀਟਲ ਜਾਣ ਲਈ ਤਿਆਰ ਹੋ ਗਿਆ ਇੱਦਾਂ ਹੀ ਮੈਂ ਆਪਣੀ ਵੋਟੀ ਨੂੰ ਉੱਥੇ ਖੜੇ ਕਰਕੇ ਨਾ ਭਾਰ ਤੋਲ ਕੇ ਉਹਨੂੰ ਸ਼ਰਮਿੰਦਾ ਕਰਨਾ ਬੜੀ ਮੋਟੀ ਹੈ ਉਹ ਤਾਂ ਹੀ ਚੱਲੇਗੀ ਨਾ ਮੇਰੇ ਨਾਲ ਸਟਾਰ ਹਸਪੀਟਲ